मनाजिर इस्लाम हजरत मौलाना मोहम्मद नवाज चीमा साहब जो एक बहुत ही अहम मौजू पर गुफ्तगू फरमा रहे थे और हमारी इस्लाह कर रहे थे। हमारे आज के प्रोग्राम का मौजू भी यही है, इस्लाही माशरा, हमारे अंदर पाई जाने वाली बीमारियां और कमजोरियां, उनकी वजाहत कर रहे थे। अभी मैं बिला काफी लाहौर से ही आए हुए मेहमान, मैं दावत सुगन देता हूं मेरी मुराद हजरत मौलाना सैयद नदीम शाह साहब स्टेज पर तशरीफ लाएं और अपने मखसूस अंदाज में बात करें। जनाब सैयद नदीम शाह साहब, अस्सलामुअलैकुम वरहमतुल्लाहि वबरकातुहु। इंशाअल्लाह मेरे तो बाद बड़ा जानदार शानदार आलमाना फाजलाना खिताब होने वाला है ते उन्होंने हुक्म के मुताबिक फजीलत शेख खतीब आदिल अजीज खतीब पाकिस्तान मोहतरम जनाब हजरत मौलाना सलीमुल्लाह साजद शोहरी जेडे मेरे बड़े प्यारे बड़े मोहतरम काबिले कदर काबिले एहतराम घाटा रोवे बुलियां कड़ कड़ के अल्लाह क्या तू क्यों रोना है। अल्लाह वादे नु ते हर बंदा पसंद करता है ते मैनू कोई नहीं पसंद करता। मालक क्या तू तुन के पै जा चलो मैं कोशिश करा दुखियां का आसराए
गलियां दे विच डोर टर
ਕਰਾਈ ਹੋਏਗੀ ਉੱਤੇ ਤੇਰਾ ਜਨਾਜ਼ਾ ਹੈਗਾ ਗਲੀਆਂ ਦੇ ਵਿੱਚੋਂ ਜਨਾਜ਼ਾ ਲੱਗੇਗਾ ਅੱਲਾ ਕਿਹੜੇ ਕੰਮ ਦੀ ਗੱਲ ਕਰ ਰਿਹਾ ਬਣਾਇਆ ਉਸ ਗੱਲ ਦੀ ਅੱਜ ਤੇਰੀ ਬੀਵੀ ਖਾਣਾ ਪਕਾਏ ਫੋਨ ਕਰੇਗੀ ਤੇ ਤੂੰ ਕਹਿੰਦਾ ਸ਼ਕਰਗੜ੍ਹ ਦੇ ਬਾਜ਼ਾਰ ਸ਼ਹਿਰ ਦੇ ਅੰਦਰ ਬੀਵੀ ਕਹੇ ਆਓਗੇ ਤੇ ਖਾਣਾ ਖਾਵਾਂਗੀ ਅੱਲਾ ਅਕਬਰ ਉਸ ਗੱਲ ਦੀ ਗੱਲ ਕਰ ਰਿਹਾ ਓਏ ਜਿਹੜੀ ਤੇਰੇ ਤੋਂ ਬਗੈਰ ਖਾਣਾ ਨਹੀਂ ਉਹ ਖਾਂਦੀ ਉਹ ਜਿੱਥੇ ਤੇਰੀ ਲਾਸ਼ ਤੇ ਮਈਅਤ ਪਈ ਹੋਏਗੀ ਉੱਥੇ ਡਰੇਗੀ ਹਾਏ ਤੈਨੂੰ ਹੱਥ ਲਾਣਾ ਗੁਆਰਾ ਨਹੀਂ ਕਰੇਗੀ ਅੱਲਾ ਕਿਹੜੇ ਘਰ ਦੀ ਗੱਲ ਕਰ ਰਿਹਾ ਹੈ ਫਰਮਾਇਆ ਉਸ ਘਰ ਦੀ ਅੱਜ ਤੂੰ ਆਪਣੇ ਘਰ ਦੇ ਅੰਦਰ ਆਪਣੀ ਮਰਜ਼ੀ ਦੀਆਂ ਲਾਈਟਾਂ ਚਲਾਵੇ ਗਰਮੀ ਹੋਵੇ ਏਸੀ ਚਲਾਵੇ ਹਾਏ ਸਰਦੀ ਹੋਵੇ ਹੀਟਰ ਚਲਾਵੇ ਉਸ ਗੱਲ ਦੀ ਗੱਲ ਕਰ ਰਿਹਾ ਵਾ ਅੱਲਾਹੁ ਅਕਬਰ ਜਦੋਂ ਥੱਲੇ ਵੀ ਮਿੱਟੀ ਹੋਵੇਗੀ ਉੱਤੇ ਵੀ ਮਿੱਟੀ ਹੋਵੇਗੀ ਲੱਖਾਂ ਮਰ ਮਿੱਟੀ ਦੇ ਥੱਲੇ ਤੈਨੂੰ ਦੱਬ ਦਿੱਤਾ ਜਾਏਗਾ ਆ ਪਿਛਲੇ ਦਿਨਾਂ ਦੀ ਗੱਲ ਏ ਬਹਾਵਲ ਨਗਰ ਦਾ ਅਨਸਰ ਨਾਮੀ ਆੜਤੀ ਰੋਡ ਐਕਸੀਡੈਂਟ ਦੇ ਅੰਦਰ ਜ਼ਖਮੀ ਹੋ ਗਿਆ ਅੱਲਾ ਦੀ ਕਸਮ ਉਠਾ ਕੇ ਕਹਿਣਾ ਅਗਰ ਆਖਰੀ ਚਾਰ ਮਿੰਟ ਦਾ ਕਲਿੱਪ ਉਹਦਾ ਤੂੰ ਸੁਣ ਲਵੇ ਕਦੀ ਜ਼ਿੰਦਗੀ ਵਿੱਚ ਨਮਾਜ਼ ਨਾ ਛੱਡੇ ਇਹ ਆਖਰੀ ਚਾਰ ਮਿੰਟ ਦਾ ਕਲਿੱਪ ਏ ਇੱਧਰ ਬੀਵੀ ਬੈਠੀ ਏ ਇੱਧਰ ਬੱਚੀਆਂ ਬੈਠੀਆਂ ਨੇ ਸਾਹਮਣੇ ਨਿੱਕੇ ਨਿੱਕੇ ਬੱਚੇ ਰੋ ਰਹੇ ਨੇ ਇਹ ਅੱਲਾ ਦਾ ਬੰਦਾ ਤਹੱਜਦ ਗੁਜ਼ਾਰ ਅੱਲਾ ਤੋਂ ਡਰਨ ਵਾਲਾ ਇਹ ਰੱਬ ਦਾ ਬਲੀ ਕਹਿੰਦਾ ਪੁੱਤਰ ਰੋਣਾ ਨਹੀਂ ਰੱਬ ਕੋਲੋਂ ਦੁਆਵਾਂ ਕਰਨੀਆਂ ਨੇ ਨਮਾਜ਼ ਨਹੀਂ ਛੱਡਣੀ ਲੋਕ ਕਹਿਣ ਅਨਸਰ ਵੱਟੂ ਤੇ ਅਨਸਰ ਵੱਟੂ ਜੀ ਅਨਸਰ ਵੱਟੂ ਦੇ ਪੁੱਤਰ ਅਨਸਰ ਵੱਟੂ ਦੇ ਨਾਲ ਵੀ ਚੰਗੇ ਨੇ ਓਏ ਤੈਨੂੰ ਤੰਦਰੁਸਤ ਹੋ ਕੇ ਸ਼ਹਿਰ ਦੇ ਵਸੀਅਤ ਕਰਨੀ ਨਸੀਬ ਨਾ ਹੋਈ ਹੋਵੇ ਇਧਰੋਂ ਬੀਵੀ ਰੋ ਰਹੀ ਹੈ ਬੀਵੀ ਨੂੰ ਕਹਿੰਦਾ ਸਬਰ ਕਰੀ ਆਪਣੀਆਂ ਧੀਆਂ ਦੇ ਪੁੱਤਰਾਂ ਦੀ ਤਰਬੀਅਤ ਕਰੀ ਹਾਏ ਨਿੱਕੀਆਂ ਨਿੱਕੀਆਂ ਬੱਚੀਆਂ ਰੋ ਰਹੀਆਂ ਨੇ ਕਿਉਂਕਿ ਬਾਪ ਦੇ ਔਲਾਦ ਦਾ ਅੱਲਾ ਨੇ ਰਿਸ਼ਤਾ ਹੀ ਵੱਖਰਾ ਬਣਾਇਆ ਹੈ ਬੱਚੀਆਂ ਨੂੰ ਵੀ ਤਸੱਲੀਆਂ ਤੇ ਸ਼ਫੀਆਂ ਦਿੰਦਾ ਹੈ ਬੀਵੀ ਨੂੰ ਵੀ ਸਬਰ ਦੀ ਤਲਕੀਨ ਕਰਦਾ ਹੈ ਔਰ ਨਾ ਰੋ ਕੇ ਕਹਿੰਦੇ ਅੱਲਾ ਅੱਲਾ ਇਹ ਇਹਨਾਂ ਮੇਰੇ ਤੋਂ ਡਰਦਾ ਪਿਆ ਵੇ ਇਹਨੂੰ ਮੇਰੇ ਤੋਂ ਆਜ਼ਾਦੀਆਂ ਦੇ ਦੇ ਅਰ ਰੋ ਕੇ ਕਹਿੰਦਾ ਅੱਲਾ ਮੈਂ ਤੇਰੀ ਜੰਨਤ ਲਈ ਫਿਰਦੌਸ ਦਾ ਸਵਾਲ ਕਰਨਾ ਵਾ ਮੇਰੇ ਮੁਰਸ਼ਦ ਪਾਕ ਨੇ ਫਰਮਾਇਆ ਜਿਹੜਾ ਤਿੰਨ ਵਾਰੀ ਰੋ ਕੇ ਜੰਨਤ ਦਾ ਸਵਾਲ ਕਰੇ ਅੱਲਾ ਦੀ ਜੰਨਤ ਦੇ ਵੀ ਅੱਲਾ ਇਹਦੇ ਪਿਆਰ ਨਾਲ ਮੰਗ ਰਿਹਾ ਵੇ ਅੱਲਾ ਮੇਰਾ ਦਾਖਲਾ ਨਸੀਬ ਕਰ ਦੇ ਅੱਲਾ ਅਕਬਰ ਚਾਰ ਮਿੰਟ ਦੀ ਗੁਫ਼ਤਗੂ ਵੇ ਕਲਮਾ ਪੜਿਆ ਤੇ ਰੋ ਬਰਬਾਦ ਹੋ ਗਈ ਮਿੱਟੀਆਂ ਦੇ ਥੱਲੇ ਜਦੋਂ ਤੇਰਾ ਸਾਡਾ ਹੋਣਾ ਏ ਮਿੱਟੀਆਂ ਦੇ ਥੱਲੇ ਮੈਂ ਕਿਹਨਾਂ ਲੋਕ ਹਰ ਨਮਾਜ਼ ਜ਼ਿੰਦਗੀ ਦੀ ਆਖਰੀ ਸਮਝ ਕੇ ਪੜਿਆ ਕਰੋ ਪਤਾ ਨਹੀਂ ਇਸ ਤੋਂ ਬਾਅਦ ਮਸਜਿਦ ਦਾ ਦਰਵਾਜ਼ਾ ਬਾਅਦ ਅੰਦਰ ਕਰਾਸ ਕਰੇ ਇੱਥੇ ਨੂੰ ਕਬਰ ਦਾ ਦਰਵਾਜ਼ਾ ਪਹਿਲੇ ਕਰਾਸ ਕਰਨਾ ਪੈ ਜਾਏ ਪਤਾ ਨਹੀਂ ਮਸਜਿਦ ਦੀਆਂ ਸਫਾਂ ਅੰਦਰ ਬਾਅਦ ਵਿੱਚ ਖੜਾ ਹੋਵੇ ਕਿਤੇ ਨੂੰ ਅੱਗੇ ਰੱਖ ਕੇ ਜਨਾਜ਼ੇ ਦੀਆਂ ਸਫਾਂ ਪਹਿਲੇ ਚੜੀਆਂ ਕਰ ਦੇਣਾ ਮਿੱਟੀਆਂ ਦੇ ਥੱਲੇ ਜਦੋਂ ਤੇਰਾ ਸਾਡਾ ਹੋਣਾ ਤੇਰੇ
ਕੀਤੀ ਡੂੰਗੀ
थोड़ी देर आराम कीता, अजान हो गई, मेरे आका मस्जिद में गए।
अल्लाह सानू सारयां नू बार बार मक्का मदीना दी हाजरी नसीब।